ਗੁਰੂ ਰੂਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਇੱਕ ਅਮੋਲਕ ਲਿਖਤ ਹੈ ਜਿਸ ਦਾ ਸਿਰਲੇਖ ਹੈ ਅਰਸ਼ੀ ਪ੍ਰੀਤਮ ਅ ਉਸ ਦਾ ਅਗਲਾ ਭਾਗ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ ਪਿਛਲੇ ਭਾਗ ਵਿੱਚ ਅਸੀਂ ਪੜਿਆ ਕਿ ਦਸਾਂ ਪਾਤਸ਼ਾਹੀਆਂ ਇੱਕ ਜੋਤ ਰੂਪ ਹੋ ਕੇ ਅਕਾਲ ਪੁਰਖ ਦੇ ਨਾਲ ਇੱਕਮਿਕ ਹੋ ਜਾਂਦੀਆਂ ਹਨ ਤੇ ਅਕਾਲ ਪੁਰਖ ਉਥੇ ਇਸ ਅਰਸ਼ੀ ਜੋਤ ਨੂੰ ਇਹ ਹੁਕਮ ਕਰਦਾ ਹੈ ਕਿ ਅਕਾਲੀ ਬੇੜਾ ਸਾਜੋ ਜਿਸ ਦਾ ਵਰਨਨ ਇਸ ਹਿੱਸੇ ਵਿੱਚ ਹੈ ਕਿ ਨਾਲ ਹੀ ਇਸ ਵਿੱਚ ਪੰਜ ਗੁਰਮਤੇ ਦੱਸੇ ਗਏ ਹਨ ਜੋ ਅਸੀਂ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਉਹ ਗੁਰਮਤੇ ਦ੍ਰਿੜ ਕਰਾਉਣੇ ਹਨ ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ ਅਕਾਲੀ ਬੇੜਾ ਕਦੇ ਉਹ ਦਿਨ ਸੀ ਕਿ ਸ੍ਰੀ ਅਕਾਲ ਪੁਰਖ ਜੀ ਨੇ ਸਤਗੁਰੂ ਜੀ ਨੂੰ ਕਿਹਾ ਸੀ ਮੈਂ ਆਪਣਾ ਸੋ ਤੋਹੇ ਨਿਵਾਜਾ ਪੰਥ ਪਰ ਚੁਰਕਰ ਬੇਕੋ ਸਾਜਾ ਜائیں ਤਹਾਂ ਤੇ ਧਰਮ ਚਲਾਏ ਕਬੂਦ ਕਰਨ ਤੇ ਲੋਕ ਠਾਏ ਔਰ ਸ੍ਰੀ ਗੁਰੂ ਜੀ ਕੇਵਲ ਮਾਤ ਲੋਕ ਵਿੱਚ ਇਥੋਂ ਦਾ ਗਰਦ-ਗੁਬਾਰ ਦੂਰ ਕਰਨ ਸਜ ਦੇੜਾਉਣ ਤੇ ਜੀਦਾਨ ਦੇਣ ਆਏ ਸੇ ਅੱਜ ਉਹ ਦਿਨ ਹੈ ਕਿ ਉਹ ਮਹਾਨ ਕਾਰਜ ਕਰਕੇ ਆਪਨੇ ਆਪਣੇ ਮਾਲਕ ਦੇ ਹਜ਼ੂਰ ਸੁਰਖਰੋਈ ਪ੍ਰਾਪਤ ਕੀਤੀ ਸੰਸਾਰ ਵਿੱਚ ਹੋਮੇ ਤੋਂ ਰਹਿ ਤੋ ਕੇ ਇਸ ਸਤਗੁਰ ਦੀ ਜੋਤ ਤੇ ਨਿਰੋਲ ਅਕਾਲ ਪੁਰਖ ਦਾ ਪ੍ਰੇਮ ਦਰੜਾਇਆ ਹੈ ਜਿਸ ਕਰਕੇ ਵਾਹਿਗੁਰੂ ਸਰੂਪ ਤੱਕ ਪ੍ਰਾਪਤੀ ਹੈ ਇਹ ਸਰੂਪ ਵਿੱਚ ਤਦਾਕਾਰ ਹੋਣ ਤੇ ਸਰੂਪ ਵਿੱਚੋਂ ਆਉਣ ਕਰਕੇ ਸਤਗੁਰ ਨੇ ਸੰਸਾਰ ਵਿੱਚ ਹਾਉਂ ਦੀ ਕਾਮਪਨੀ ਖਾਦੀ ਅੱਜ ਹੁਣ ਦੇਖੋ ਇਸ ਜੋਤ ਨੂੰ ਬ੍ਰਹਮੰਡ ਦਾ ਕੰਮ ਹੋਰ ਰੰਗ ਵਿੱਚ ਸਪੁਰਦ ਹੋਇਆ ਹੈ ਚਾਹ ਹੁਣ ਤਾਂ ਵਾਹਿਗੁਰੂ ਦੇ ਰੂਪ ਵਿੱਚ ਅਕਾਲ ਪੁਰਖ ਜੀ ਦੀ ਚਰਨ ਸ਼ਰਨ ਪ੍ਰਾਪਤ ਰਹਿਣ ਚਾਹ ਹੁਣ ਤਾਂ ਸ੍ਰਿਸ਼ਟੀ ਦੇ ਦੂਰ ਤੋਂ ਦੂ ਹਿੱਸੇ ਤੇ ਯਈ ਐਉਂ ਕਹੋ ਕਿ ਸ੍ਰਿਸ਼ਟੀ ਦਰ ਸ੍ਰਿਸ਼ਟੀ ਦੇ ਅੰਤਰਗਤ ਚਲੇ ਜਾਣ ਚਾਹੂ ਕੁਛ ਕਰਨ ਤੇ ਕਿਵੇਂ ਵਿਚਰਨ ਪਰ ਸਾਰੇ ਬ੍ਰਹਮੰਡ ਦਾ ਪ੍ਰਬੰਧ ਕਰਨ ਇਸ ਤਰ੍ਹਾਂ ਦਾ ਵੱਡਾ ਤੇ ਭਾਰੂ ਕੰਮ ਲੈ ਕੇ ਅਰ ਫਿਰ ਵਾਇਗਰੂ ਜੀ ਵਿੱਚ ਲੀਨ ਰਹਿ ਕੇ ਆਪ ਅਰੂਪ ਸਰੂਪੀ ਦੇਸ਼ਾਂ ਵਿੱਚ ਆਏ ਹੁਣ ਤੱਕ ਇੱਕ ਬੜਾ ਪਾਰੀ ਮੰਦਰ ਹੈ ਜਿਸ ਦੇ ਅੰਦਰ ਆਪ ਇੱਕ ਸਿੰਘਾਸਨ ਪਰ ਬਿਰਾਜ ਰਹੇ ਹਨ ਸਾਰੇ ਸਿੱਖ ਜੋ ਪਹਿਲੇ ਜਾਮੇ ਤੋਂ ਦਸਵੇਂ ਜਾਮੇ ਤੱਕ ਸੰਸਾਰ ਵਿੱਚ ਨਾਲ ਗਏ ਸਨ ਹਾਜ਼ਰ ਹਨ ਜੋ ਅਜੇ ਸੰਸਾਰ ਵਿੱਚ ਕੰਮ ਕਰ ਰਹੇ ਸਨ ਉਹਨਾਂ ਦੇ ਸਰੀਰ ਤਾਂ ਮਾਤ ਲੋਕ ਵਿੱਚ ਨੀਂਦ ਵਿੱਚ ਆ ਗਏ ਤੇ ਦੇਵ ਗਣ ਉਹਨਾਂ ਦੀਆਂ ਰੂਹਾਂ ਨੂੰ ਇਸ ਦਰਬਾਰ ਵਿੱਚ ਲਿਆਏ ਇਸ ਦੇ ਨਾਲ ਹੀ ਕਈ ਪਰਮਾਨ ਪਿਆਰੇ ਜੋ ਪਹਿਲੇ ਜੁਗਾਂ ਤੋਂ ਭਗਤੀਆਂ ਕਰ ਰਹੇ ਸੇ ਪਰ ਨਿਸ਼ਕਾਮ ਪਦ ਦਾ ਅੰਤਲਾ ਕਮ ਇਹਨਾਂ ਦਾ ਬਾਕੀ ਸੀ ਉਹਨਾਂ ਨੂੰ ਵੀ ਸੱਦਿਆ ਗਿਆ ਤੇ ਪਹਿਲੇ ਅਵਤਾਰਾਂ ਪੀਰਾਂ ਪੈਗੰਬਰਾਂ ਸੰਤਾਂ ਨੂੰ ਵੀ ਸੱਦਿਆ ਗਿਆ ਹਰ ਲੋਕ ਹਰ ਬ੍ਰਹਿਮੰਡ ਹਰ ਐਸੇ ਲੋਕ ਦੇ ਲੋਕ ਜਿੱਥੇ ਕੇ ਬੁੱਧੀ ਦੇ ਦਰਜੇ ਦੀ ਸ੍ਰਿਸ਼ਟੀ ਸੀ ਤੇ ਉਥੋਂ ਜੋ ਜੋ ਲੋਕ ਮੁਕੰਮਲ ਹੋ ਕੇ ਅਰੂਪ ਸਰੂਪੀ ਨਗਰ ਦੇ ਦੂਰ ਨੇੜੇ ਟਿਕਾਣੀ ਆਵਸੇ ਸੇ ਸਭ ਬੁਲਾਏਗੇ ਇਸ ਵੇਲੇ ਦਾ ਦਰਸ਼ਨ ਆਪਣੀ ਨਾਨਤਾ ਵਿੱਚ ਅਰਥਾਤ ਆਪਣੀ ਰੰਗਾ ਰੰਗੀ ਵਿੱਚ ਅਚਰਜ ਸੀ ਨਾਨਾ ਤਰ੍ਹਾਂ ਦੀਆਂ ਮੂਰਤਾਂ ਨਾਨਾ ਤਰ੍ਹਾਂ ਦੇ ਲਿਬਾਸ ਨਾਨਾ ਤਰ੍ਹਾਂ ਦੇ ਰੂਪ ਰੰਗ ਤੇ ਫਿਰ ਜੰਮ ਕਟ ਇਤਨਾ ਕਿ ਨਜ਼ਰ ਕਮ ਨਹੀਂ ਕਰਦੀ ਕਿ ਕਿੱਥੇ ਕੋ ਜਾ ਕੇ ਮੁਕਦਾ ਹੈ ਵਰਤਾਨ ਸਾਡਾ ਅਰਚੀ ਪ੍ਰੀਤਮ ਕਿ ਜਿਸ ਨੂੰ ਇੱਕ ਇੱਕ ਦੀ ਸਾਰ ਹੈ ਸਤਿਗੁਰੂ ਨੇ ਇੱਕ ਇੱਕ ਦੀ ਸੰਭਾਲ ਕੀਤੀ ਇੱਕ ਇੱਕ ਦੀ ਕਰਨੀ ਸੁਣੀ ਤੇ ਇੱਕ ਇੱਕ ਦੀ ਕਾਲ ਪ੍ਰਵਾਨ ਕੀਤੀ ਇਸ ਵੇਲੇ ਇੱਕ ਹੋਰ ਅਚਰਜ ਗੱਲ ਨਜ਼ਰੇ ਪਈ ਕਿ ਸਤਗੁਰ ਦੇ ਕੰਨਾਂ ਦੇ ਲਾਗ ਤੇ ਅੱਖਾਂ ਦੇ ਅੱਗੇ ਇੱਕ ਨਿੱਕੇ ਹੀਰੇ ਵਰਗੇ ਗੋਲ-ਗੋਲ ਮਣਕੇ ਆਪੋਂ ਲਟਕ ਰਹੇ ਸੀ ਕੰਨਾਂ ਹੇਠ ਲਟਕ ਰਹੇ ਗੋਲਿਆਂ ਦੇ ਹੇਠਾਂ ਇੱਕ ਤੇਜ ਦੀ ਤਾਰ ਸੀ ਜੋ ਥੱਲੇ ਜਾ ਕੇ ਸੰਸਾਰ ਦੇ ਜਾਨਦਾਰ ਦਿਲਾਂ ਨਾਲ ਲੱਗੀ ਸੀ ਇਸੇ ਤਰ੍ਹਾਂ ਅੱਖਾਂ ਅੱਗੇ ਗੋਲਿਆਂ ਦੇ ਹੇਠਾਂ ਤੇਜ ਦੀ ਤਾਰ ਸੀ ਜੋ ਥੱਲੇ ਬ੍ਰਹਿਮੰਡ ਵਿੱਚ ਜਾ ਕੇ ਹਰ ਜਾਨਦਾਰ ਦਿਲ ਨਾਲ ਲੱਗੀ ਸੀ ਪਹਿਲੇ ਨਾਲ ਹਰ ਪ੍ਰਾਣੀ ਦੇ ਦਿਲ ਦੀ ਅਰਜ਼ੋਈ ਤੇ ਹਰ ਪ੍ਰਾਣੀ ਦੀ ਇੱਛਾ ਭਾਵੇਂ ਸਤਿਗੁਰ ਦੇ ਸਰਮਣੀ ਪਹੁੰਚਦੀ ਸੀ ਤੇ ਦੂਜੇ ਨਾਲ ਸਤਿਗੁਰ ਦੇ ਨੈਣੀ ਹਰ ਪਰਮੇਸ਼ਰ ਦਾ ਪਿਆਰਾ ਜਦ ਆਪਣੇ ਆਪ ਨੇ ਲੋਕ ਵਿੱਚ ਟਿਕਦਾ ਸੀ ਤਾਂ ਇਸੇ ਗੋਲੇ ਵਿੱਚ ਉਸ ਦੀ ਸੁਰਤ ਆ ਪਹੁੰਚਦੀ ਸੀ ਤੇ ਦਿਸਦੀ ਸੀ ਸਤਿਗੁਰ ਦੇ ਦਰਸ਼ਨ ਪਾਉਂਦੀ ਸੀ ਔਰ ਸਤਿਗੁਰ ਉਸ ਨੂੰ ਦੇਖ ਲੈਂਦਾ ਸੀ ਇਥੋਂ ਤਾਈਂ ਕਿ ਜਿਹੜੇ ਲੋਕ ਆਪਣੇ ਆਪਣੇ ਨਵੀਨ ਪੁਰਾਤਨ ਮਤਾਂ ਸਾਰੀਆਂ ਆਪਣੇ ਆਪਣੇ ਪੀਰਾਂ ਪੈਗੰਬਰਾਂ ਅਵਤਾਰਾਂ ਜਾਂ ਉੱਚਿਆਂ ਦਾ ਧਿਆਨ ਤਰਦੇ ਅਰੂਪ ਸਰੂਪ ਸਰੂਪੀ ਦਾਤਾਂ ਦੇ ਦਰਸ਼ਨ ਦੇ ਦਰਜੇ ਤੇ ਆਉਂਦੇ ਸੀ ਤਾਂ ਸਭ ਨੂੰ ਇੱਥੇ ਆ ਕੇ ਇਹੋ ਕਲਗੀਆਂ ਵਾਲੇ ਦਾ ਦਰਸ਼ਨ ਹੁੰਦਾ ਸੀ ਜੋ ਗੁਰੂ ਨਾਨਕ ਤੋਂ 10 ਰੂਪ ਧਾਰ ਫਿਰ ਇੱਕੋ ਜੋਤ ਇੱਕੋ ਰੂਪ ਸੀ ਜਿਨ੍ਹਾਂ ਦਾ ਉਹ ਧਿਆਨ ਤਰਦੇ ਸੀ ਪਰ ਹੁਣੇ ਸਾਰੇ ਅਵਤਾਰ ਆਦੀ ਇਸ ਦੇ ਹੁਕਮ ਵਿੱਚ ਇਸ ਨਾਲ ਅਪੇਜ ਸੰਸਾਰ ਦੇ ਪ੍ਰਬੰਧ ਵਿੱਚ ਉਹਨਾਂ ਕੰਮਾਂ ਲਈ ਤਿਆਰ ਸੇ ਜੋ ਇਸ ਸਤਗੁਰ ਜੋਤੀ ਨੇ ਸਪੂਰਤ ਕਰਨੇ ਹਨ ਫਿਰ ਕੀ ਨਜ਼ਰੀ ਪਿਆ ਕਿ ਆਰਸ਼ੀ ਪ੍ਰੀਤਮ ਜੀ ਹੁਕਮ ਦੇ ਰਹੇ ਹਨ ਔਰ ਸਭ ਪ੍ਰੀਤਾਂ ਦੇ ਪੁਤਲੇ ਤੇ ਅਦਬਾਂ ਦੇ ਨੂਰੀ ਬੰਦੇ ਸਤਬਚਨ ਕਹਿ ਕੇ ਟੁਰ ਰਹੇ ਹਨ ਸਾਰੇ ਬ੍ਰਹਮਣ ਦੇ ਹਰ ਜਾਨਦਾਰ ਤਪਕੇ ਵਿੱਚ ਖੰਡਾਂ ਮੰਡਲਾਂ ਵਰ ਭੰਡਾਂ ਅਨੰਤ ਲੋਕਾਂ ਗ੍ਰਹਿ ਧਰਤੀਆਂ ਵੱਲ ਨੂੰ ਅਡਡ ਲੋਕ ਮੁਕਰਰ ਕੀਤੇ ਜਾ ਕੇ ਕੱਲੇ ਜਾ ਰਹੇ ਹਨ ਉਹ ਅਨੰਦਪੁਰ ਦੇ ਕਿਲੇ ਵਿੱਚ ਬੈਠ ਕੇ ਹਮਾਤੜ ਖਾਕੀ ਬੰਦਿਆਂ ਅੱਗੇ ਸਮਝੋਤیاں ਸੱਟਣ ਵਾਲੇ ਚੋਜੀ ਜੋ ਤਰੇ ਦਿਨ ਸਮਝਾਉਂਦੇ ਰਹੇ ਕਿ ਇੱਕ ਅੱਠ ਦਿਨ ਹੋਰ ਦੁਖ ਭੁਖ ਚੱਲੋ ਅੱਠ ਦਿਨ ਕਿਹਾ ਮੰਨੋ ਤੁਹਾਡੀ ਫਤਿਹ ਹੋਵੇਗੀ ਅੱਠ ਦਿਨ ਹੋਰ ਕਸ਼ਟ ਪਾਓ ਸਾਨੂੰ ਕੀ ਪਤਾ ਸੀ ਕਿ ਆਹ ਮਾਲਕ ਹਨ हां ਸਾਨੂੰ ਕੀ ਪਤਾ ਸੀ ਕਿ ਇਹ ਅਰਸ਼ਾਂ ਦਾ ਮਾਲਕ ਦੇਵ ਅਦੇਵ ਗੁਪਤ ਪ੍ਰਗਟ ਲੋਕਾਂ ਦਾ ਹਾਕਮ ਹੈ ਇਸ ਦੇ ਨੇਤਰ ਫੋਰੇ ਵਿੱਚ ਹਰਨ ਭਰਨ ਹੈ ਇਹ ਅਖ ਚਮਕਾਰੇ ਵਿੱਚ ਫਨਾ ਵੀ ਕਰ ਸਕਦਾ ਹੈ ਇਹ ਸਾਨੂੰ ਕੋਈ ਸਬਕ ਪੜਾ ਰਿਹਾ ਹੈ ਜੋ ਅਤ ਕਸ਼ਟਣੀ ਵਿੱਚੀ ਬੰਦੇ ਯਾਨੀ ਖਾਕੀ ਬੰਦੇ ਸਿੱਖ ਸਕਦੇ ਹਨ ਅਸੀਂ ਜਾਤਾ ਸੀ ਇਹ ਮਨੁੱਖ ਹੈ ਬੇਵੱਸ ਹੈ ਬਿਪਤਾ ਦੀਨ ਹੈ ਅਰ ਸਾਨੂੰ ਭੁੱਲ ਨਾਲ ਮਰਵਾਉਂਦਾ ਹੈ ਅੱਜ ਵੇਖੋ ਉਸ ਵੇਲੇ ਦੇ ਦਾਨੇ ਉਹ ਅਕਲਾਂ ਵਾਲਿਓ ਤਦਬੀਰਾਂ ਵਿਹੋਂ ਤਾਂ ਜੁਕਤਾਂ ਦੂਰ ਅੰਦੇਸ਼ੀਆਂ ਤੇ ਟੇਕਾਂ ਧਾਰਨ ਵਾਲਿਓ ਅਜ ਤੱਕੋ ਕਿ ਜਿਸ ਨੂੰ ਤੁਸੀਂ ਭੋਲਤੇ ਮਨ ਕੇ ਆਪਣੇ ਵਰਗਾ ਮਨੁੱਖ ਸਮਝਦੇ ਸੋ ਉਹ ਉਦੋਂ ਹਾਕੀ ਗੋਦੜੀ ਵਿੱਚ ਬੈਠਾ ਕਿਸ ਉੱਚੀ ਖਾਨ ਦਾ ਲਾਲ ਸੀ ਅੱਜ ਦੇਖੋ ਪਟਨੇ ਦੇ ਪ੍ਰੇਮਿਓ ਤੁਹਾਡਾ ਪ੍ਰੀਤਮ ਬਾਲਾ ਬਣ ਕੇ ਤੁਹਾਡੇ ਵਿੱਚ ਖੇਲਦਾ ਪ੍ਰੀਤਮ ਅਸਲ ਵਿੱਚ ਕਿਸ ਤੇਜ ਦਾ ਧਨੀ ਹੈ ਔਰ ਕਿਸ ਉੱਚੇ ਤੋਂ ਉੱਚੇ ਪਾਇਦਾ ਹੀਰਾ ਹੈ। हे ਸ੍ਰਿਸ਼ਟੀ ਅਜ ਤੱਕ ਅਜ ਪ੍ਰੇਮੀਆਂ ਵੈਰੀਆਂ ਸਭ ਨੂੰ ਸਦੋ ਜੋ ਪਿਆਰੇ ਦਾ ਅਸਲ ਭੇਦ ਵੇਖਣ ਤੇ ਪਛਾਨਣ ਉਹ ਮੂਰਖ ਭੀਮ ਚੰਦ ਦੇਖ ਤੂੰ ਕਿਸ ਨੂੰ ਮਾਰਨ ਦੇ ਫਿਕਰ ਵਿੱਚ ਸੈਂ। ਉਹ ਵਜ਼ੀਰ ਖਾਂ ਆ ਵੇਖ ਜਿਸ ਦੇ ਲਾਲ ਕੌਂਦਸ ਸੈਂ ਉਹ ਕੌਣ ਹੈ? ਹਾਂ ਆ ਔਰੰਗਜ਼ੇਬ ਦੇਖ ਜਿਸ ਦੇ ਦਲਨ ਨੂੰ ਤੂੰ ਦਲਾਂ ਦੇ ਦਲ ਕਲਦਾ ਸੈਂ ਅੱਜ ਆਪਣੇ ਨੀਵੇਂ ਟਿਕਾਣੇ ਥੀ ਤੱਕ ਕਿ ਜਿਸ ਨਾਲ ਤੂੰ ਜੰਗ ਮਚਾਉਂਦਾ ਸੈਂ ਅਸਲ ਵਿੱਚ ਕੌਣ ਸੀ ਬਲਿਹਾਰੇ ਸੁੱਚੇ ਦਰਸ਼ਨ ਦੇ ਦੇਖੋ ਇਸ ਵੇਲੇ ਸਤਗੁਰ ਦੇ ਕਲੇਜੇ ਨੂੰ ਤੱਕੋ ਜੋ ਨੂਰੀ ਚੋਲੇ ਵਿੱਚੋਂ ਮਿੱਠੀ ਧਾਪ ਨਾਲ ਧੜਕ ਰਿਹਾ ਹੈ ਉਥੇ ਕਿਸੇ ਨਾਲ ਵੈਰ ਨਹੀਂ ਵਸਦਾ ਸਭ ਨਾਲ ਇੱਕ ਨਜ਼ਰ ਪਿਆਰ ਹੈ ਬਲਿਹਾਰ ਇਸ ਪ੍ਰੇਮ ਮੂਰਤੀ ਦੇ ਤੇ ਕੋ ਕੋ ਕੇ ਸਾਡੇ ਵਿੱਚ ਸਦਾ ਸਾਨੂੰ ਆਖਦਾ ਹੁੰਦਾ ਸੀ ਸਾਚ ਕਹੋ ਸੁਨ ਲਿਓ ਸਬੈ ਜਿਨ ਪ੍ਰੇਮ ਕੀ ਹੋ ਤਿਨਹੀ ਪ੍ਰਪਾਇਓ ਹੁਣ ਤੱਕ ਸਾਰੇ ਬ੍ਰਹਮਣ ਦੀ ਸੰਭਾਲ ਹੋ ਚੁੱਕੀ ਸੀ ਹਰ ਥਾਂ ਦੇਹਾਂ ਧਾਰ ਕੇ ਕੰਮ ਕਰਨ ਲਈ ਬੰਦੇ ਟਰ ਚੁੱਕੇ ਸੀ ਸਾਡੀ ਧਰਤੀ ਤੋਂ ਜੋ ਬੰਦੇ ਬੁਲਾਏ ਗਏ ਸੀ ਉਹਨਾਂ ਨੂੰ ਹੁਕਮ ਹੋਇਆ ਕਿ ਤੁਸੀਂ ਸ਼ਹੀਦੀਆਂ ਪਾਉਣੀਆਂ ਹਨ ਮੈਨੂੰ ਅੰਗ ਸੰਗ ਜਾਣ ਕੇ ਮੇਰੇ ਟੋਰੇ ਕੰਮ ਕਰਨੇ ਹਨ ਸੰਸਾਰ ਦੀਆਂ ਪੀੜਾਂ ਹਰਨ ਲਈ ਢਾਲ ਰੂਪੀ ਧਰਮ ਦੇ ਜੁੱਧ ਮਚਾਉਣੇ ਹਨ ਮੇਰੇ ਸੱਚ ਨੇਕੀ ਪਿਆਰ ਦਮ ਬਦਮ ਸਿਮਰਨ ਵਾਲੇ ਅਸੂਲਾਂ ਨੂੰ ਧਾਰਨ ਕਰਕੇ ਤਰ੍ਹਾਂ ਦਾ ਭਾਰ ਹਰਨਾ ਤੇ ਹਰ ਕੰਮ ਹਰ ਸੇਵਾ ਹਰ ਕੁਰਬਾਨੀ ਹਰ ਉਪਕਾਰ ਹਰ ਆਪਾਵਾਰਨ ਦੇ ਕੰਮ ਮੈਨੂੰ ਤੱਕ ਕੇ ਮੈਨੂੰ ਰਜਾਵਣ ਲਈ ਮੈਨੂੰ ਸਮਰਪਣ ਕਰਨੇ ਹਨ ਜਦ ਤੱਕ ਮੈਨੂੰ ਆਦਰਸ਼ ਰੱਖੋਗੇ ਗੁਰਮੁਖ ਰਹੋਗੇ ਮੈਂ ਤੁਹਾਡੇ ਵਿੱਚ ਹਾਂ ਵਿੱਚ ਹੋਵਾਂਗਾ ਇਹ ਹੁਕਮ ਦੇ ਕੇ ਇਹ ਲੋਕ ਹੁਣ 모ੜੇ ਗਏ ਆਪ ਇਹ ਲੋਕ ਇਸ ਦੇਸ਼ ਆਉਣੋਂ ਜਾਣੋਂ ਪੂਰੇ ਵਾਕਿਫ ਨਹੀਂ ਸੀ ਇਸ ਕਰਕੇ ਦੇਵ ਗਣਾ ਨੇ ਜਾ ਕੇ ਇਹਨਾਂ ਨੂੰ ਸ਼ਰੀਰ ਵਿੱਚ ਪਹੁੰਚਾ ਦਿੱਤਾ ਹੁਣ ਕਈ ਸ਼ਹੀਦ ਬੁલાਏ ਗਏ ਜੋ ਕਾਮਨਾ ਕਰ ਸ਼ਹੀਦ ਹੋਏ ਸੀ ਉਹਨਾਂ ਨੂੰ ਹੁਕਮ ਹੋਇਆ ਕਿ ਕਾਲ ਪਰਵਾਨ ਹੈ ਪਰ ਫਿਰ ਜਾ ਐਤ ਕੀ ਨਿਸ਼ਕਾਮ ਸੇਵਾ ਕਰੋ ਤੇ ਵਾਹਿਗੁਰੂ ਪਿਆਰ ਵਿੱਚ ਸ਼ਰੀਰ ਲਾਓ ਫਿਰ ਨਿਸ਼ਕਾਮ ਹੋ ਕੇ ਆਓ ਤਾਂ ਅਕਾਲੀ ਦੇੜੇ ਵਿੱਚ ਵਾਸਾ ਦੇਵਾਂਗਾ ਇਹਨਾਂ ਨੂੰ ਤਰੀਕਾ ਵਾਰ ਵੀ ਦੱਸੇ ਗਏ ਕਿ ਅਮਕੇ ਵੇਲੇ ਤੁਸੀਂ ਅਮਕੇ ਗ੍ਰਹਿ ਜਨਮ ਪਾ ਕੇ ਮੇਰੇ ਸ਼ਰੂ ਕੀਤੇ ਕੰਮ ਨੂੰ ਜਾ ਕੇ ਕਰਨਾ ਹੈ ਤਦ ਤੱਕ ਇਹਨਾਂ ਦੇ ਵਸਣ ਲਈ ਸੋਹਣੇ ਟਿਕਾਣੇ ਤੇ ਉੱਚੇ ਸੁੱਖ ਦਿੱਤੇ ਗਏ ਜਦ ਇਹ ਸੰਭਾਲ ਹੋ ਚੁੱਕੀ ਤਾਂ ਹੁਣ ਆਪਣੇ ਨਾਲ ਰਹਿਣ ਵਾਲੇ ਅਕਾਲੀ ਬੇੜੇ ਦਾ ਹਿੱਸਾ ਭਰਤੀ ਕੀਤਾ ਇਸ ਦੀ ਵਿਉਂਤ ਇਹ ਸੀ ਸੱਚੇ ਬਾਦਸ਼ਾਹ ਸਤਗੁਰ ਦੀ ਜੋਤ ਸਭ ਪਰ ਉੱਚੀ ਸੀ ਇਹਨਾਂ ਦੇ ਤਾਬੇ ਚਾਰ ਕੋਣ ਦੇ ਚਾਰ ਮਹਾਬਲੀ ਥਾਪੇ ਗਏ ਉਹਨਾਂ ਦੇ ਹੇਠਾਂ ਹਰ ਲੋਕ ਦਾ ਇੱਕ ਜ਼ਿੰਮੇਵਾਰ ਅਧਿਪਤੀ ਥਾਪਿਆ ਗਿਆ ਉਹਨਾਂ ਦੇ ਹੇਠਾਂ ਹਰ ਹਰ ਲੋਕ ਦੇਸ਼ ਦਾ ਜ਼ਿੰਮੇਵਾਰ ਥਾਪਿਆ ਗਿਆ ਇਸ ਦੇਸ਼ ਦੇ ਜ਼ਿੰਮੇਵਾਰ ਦੇ ਢੇਠਾਂ ਹੋਰ ਨਿੱਕੀ ਵੰਡ ਕੀਤੀ ਗਈ। ਕਈ ਲੋਕਾਂ ਲਈ 10-10 5-5 ਪਿਆਰਿਆਂ ਦਾ ਟੋਲਾ ਇਸ ਦੇ ਢੇਠਾਂ ਸਥਾਪਨ ਹੋਇਆ। ਇਹ ਟੋਲਾ ਧਰਤੀਆਂ ਵਿੱਚ, ਸ਼ਰੀਰਾਂ ਵਿੱਚ ਵਸਦੇ ਲੋਕਾਂ ਦਾ ਧਿਆਨ ਰੱਖਦਾ। ਪੁਰਾਣੇ ਅਵਤਾਰ ਪੈਗੰਬਰ ਆਦ ਕਾਂ ਦੀ ਸਲਾਹਕਾਰ ਮੰਡਲੀ ਬਣਾਈ ਗਈ ਜੋ ਹਰ ਦੇਸ਼, ਹਰ ਕੌਮ ਲਈ ਸਲਾਹਾਂ ਦੇ ਗਲ ਕੀ ਅਰਸ਼ਾਂ ਵਿੱਚ ਮਨੁੱਖ ਇੱਕ ਐਸੀ ਫੌਜ ਬਣ ਗਈ ਜਿਸ ਵਿੱਚ ਉੱਪਰ ਤੋਂ ਹੇਠਾਂ ਤੱਕ ਕੰਮ ਕਰਨ ਵਾਲੇ ਨਿਸ਼ਕਾਮ ਲੋਕ ਕਮਾ 'ਤੇ ਥਾਪੇ ਗਏ ਜਿਨ੍ਹਾਂ ਦੀ ਸਾਰੇ ਬ੍ਰਹਿਮੰਡ ਪਰ ਨਿਗਰਾਨੀ ਹੋ ਗਈ ਪਰ ਸਾਰੇ ਸਤਗੁਰ ਦੀ ਜੋਤ ਤੇ ਹੁਕਮ ਦੀ ਤਾਬਿਆ ਕੰਮ ਕਰਨ ਵਾਲੇ ਹੋਏ ਮਾਤ ਲੋਕਾਂ ਦੇ ਦੇਸ਼ਾਂ ਦੇ ਵਾਸੀ ਮਾਇਆ ਵੇੜੇ ਆਪਣੇ ਆਪਣੇ ਕਮਾਂ ਵਿੱਚ ਹਨ ਆਪਣੇ ਲੋਭ ਲਾਲਚਾਂ ਤ੍ਰਿਸ਼ਨਾ ਵਿੱਚ ਦ੍ਰਿਸ਼ਟਮਾਨ ਵਿੱਚ ਮਸਤ ਹਨ ਅਕਲਾਂ ਵਾਲੇ ਅਕਲਾਂ ਦੀਆਂ ਖੋਜਾਂ ਕਰ ਰਹੇ ਹਨ ਪਰ ਕਿਸੇ ਨੂੰ ਪਾਰ ਲੋਕਾਂ ਦਾ ਪਤਾ ਨਹੀਂ ਕਿਸੇ ਦੀ ਦ੍ਰਿਸ਼ਟੀ ਪਰਦਰਸ਼ਕ ਨਹੀਂ ਕਿਸੇ ਦੀ ਸਮਝ ਸੁਰਤ ਗੁਪਤ ਤੇ ਅਦ੍ਰਿਸ਼ ਸੰਸਾਰ ਵੱਲ ਨਹੀਂ ਪ੍ਰੰਤੂ ਅਦ੍ਰਿਸ਼ ਸੰਸਾਰ ਵਿੱਚ ਆਤਮ ਪ੍ਰਬੰਧ ਦਾ ਪੂਰਾ ਨਕਸ਼ਾ ਸ਼ਕਤੀ ਤੇ ਸੱਚ ਦੀਆਂ ਕਲਗੀਆਂ ਵਾਲੇ ਦੇ ਤਾਬੇ ਆਪਣਾ ਕੰਮ ਕਰ ਰਹੀਆਂ ਹਨ ਪ੍ਰੰਤੂ ਅਦ੍ਰਿਸ਼ੀ ਸੰਸਾਰ ਵਿੱਚ ਆਤਮ ਪ੍ਰਬੰਧ ਦਾ ਪੂਰਾ ਨਕਸ਼ਾ ਸ਼ਕਤੀ ਤੇ ਸੱਚ ਦੀਆਂ ਕਲਗੀਆਂ ਵਾਲੇ ਦੇ ਤਾਬੇ ਆਪਣਾ ਕੰਮ ਕਰ ਰਿਹਾ ਹੈ ਕਲਗੀਆਂ ਵਾਲੇ ਕਿਉਂ ਕਲਗੀਆਂ ਵਾਲੇ ਹਨ ਕਿਉਂਕਿ ਲੋਕ ਵਿੱਚ ਪ੍ਰਤਾਪਸ਼ੀਲ ਸੇ ਪਰ ਲੋਕ ਵਿੱਚ ਅਤਿਅੰਤ ਪ੍ਰਤਾਪਸ਼ੀਲ ਹਨ ਮਹਾਰਾਜ ਕਿਉਂ ਫੋਜਾਂ ਵਾਲੇ ਹਨ ਲੋਕ ਵਿੱਚ ਫੋਜਾਂ ਦੇ ਮਾਲਕ ਸਨ ਹੁਣ ਅਰਸ਼ੀ ਅਕਾਲੀ ਬੇੜੇ ਵਿੱਚ ਅਤਿਅੰਤ ਤੇ ਅਨੰਦ ਫੋਜਾਂ ਦੇ ਮਾਲਕ ਹਨ ਅਕਾਲੀ ਬੇੜਾ ਕੀ ਹੈ ਸਤਗੁਰ ਦੇ ਹੁਕਮ ਵਿੱਚ ਉਹ ਨੇਕ ਬੰਦੇ ਉਹ ਰਬ ਪਿਆਰੇ ਜੋ ਸਿਮਰਨ ਕਰਦੇ ਗਏ ਪਰਮਾਨ ਹੋਏ ਤੇ ਜਿਨ੍ਹਾਂ ਲਈ ਸਤਗੁਰ ਜੋਤ ਨੇ ਮناسب ਜਾਤਾ ਕਿ ਇਹ ਸ੍ਰਿਸ਼ਟੀ ਦੇ ਉਧਾਰ ਸੁਧਾਰ ਤੇ ਪਰਪਕਤਾ ਵਿੱਚ ਇੱਥੇ ਵੱਧ ਕੇ ਕੰਮ ਕਰਨ ਉਹਨਾਂ ਨੂੰ ਲਿਵਲਿਨ ਰਹਿੰਦੇ ਆ ਕੋਈ ਨੇਕੀ ਦਾ ਕਮਸਪੁਰ ਨਹੀਂ ਹੋਇਆ ਉਥੇ ਕੰਮ ਸਾਡੇ ਵਾਂਗੂ ਨਹੀਂ ਹੈ ਉਥੇ ਕੰਮ ਅਕੰਮ ਵਾਂਗੂ ਹੈ ਇਹਨਾਂ ਬੰਦਿਆਂ ਸਤਗੁਰ ਦੇ ਪਿਆਰਿਆਂ ਨੂੰ ਹਰੀ ਜਸ ਹਰੀ ਰੰਗ ਦਾ ਮੁੱਖ ਕੰਮ ਹੈ ਇਸੇ ਆਨੰਦ ਵਿੱਚ ਮਗਨ ਹਨ ਪਰ ਦੇਖੋ ਸੰਸਾਰ ਵਿੱਚ ਇੱਕ ਆਦਮੀ ਅਮਰਤ ਨਾਲ ਗੁਰਦੀਖਿਆਤੋ ਕੇ ਆਪੋਂ ਯਾ ਕਿਸੇ ਸਿਮਰਨ ਵਾਲੇ ਬੰਦੇ ਦੇ ਸਤਸੰਗ ਵਿੱਚ ਆ ਕੇ ਸਿਮਰਨ ਕਰ ਰਿਹਾ ਹੈ ਹਾਂਜੀ ਗੁਰਮੁਖ ਨਾਮ ਜਪ ਰਿਹਾ ਹੈ ਵਾਹਿਗੁਰੂ ਜੀ ਦੀ ਆਰਾਧਨਾ ਕਰਦਾ ਹੈ ਪਿਆਰ ਵਿੱਚ ਭਰਦਾ ਹੈ ਸਤਸੰਗ ਨੇ ਉਸ ਨੂੰ ਪਰਵਾਨ ਕਰ ਲਿਆ ਹੈ ਕਲ ਗਿਆ ਵਾਲੇ ਅਰਸ਼ਾਂ ਵਿੱਚ ਇਸ ਦੇ ਸਿਰ ਤੇ ਆਪਣੇ ਅਕਾਲੀ ਬੇੜੇ ਦਾ ছায়ਾ ਪਾਉਣਗੇ ਉਸ ਪਿਆਰੇ ਨੂੰ ਹੁਣ ਭਜਨ ਸਿਮਰਨ ਵਿੱਚ ਅਰਸ਼ੀ ਮਦਦ ਮਿਲਿਆ ਕਰੇਗੀ ਉਸ ਦਾ ਕੀਤਾ ਥਾਂ ਪਵੇਗਾ ਨਿਸ਼ਾਨੀ ਇਹ ਹੋਵੇਗੀ ਕਿ ਉਸ ਨੂੰ ਰਸ ਪ੍ਰਾਪਤ ਹੋਵੇਗਾ ਉਸ ਦਾ ਚਿੱਤ ਵੈਰਾਗ ਵਿੱਚ ਰਹੇਗਾ ਉਸ ਦੀ ਜੀਪ ਸਤਿਆਵਾਨ ਹੋ ਜਾਏਗੀ ਉਸ ਨੂੰ ਵਾਹਿਗੁਰੂ ਧਿਆਨ ਤੇ ਨਾਮ ਤੋਂ ਕੁਛ ਮਿੱਠਾ ਨਹੀਂ ਲੱਗੇਗਾ ਉਸ ਦਾ ਆਪਣਾ ਆਪ ਹੋਲਾ ਫੁੱਲ ਹੋਵੇਗਾ ਚੜਦੀਆਂ ਕਲਾਂ ਦਾ ਉਮਾਹੀ ਰੰਗ ਰਹੇਗਾ ਇਸ ਪ੍ਰਕਾਰ ਅਕਾਲੀ ਬੀੜਾ ਅਰਸ਼ਾਂ ਦੀ ਇੱਕ ਤਾਕਤ ਇੱਕ ਨਾ ਦਿਸਣੇ ਵਾਲੀ ਸ਼ਕਤੀ ਹੈ ਜੋ ਮਨੁੱਖੀ ਬੋਲੀ ਵਿੱਚ ਕਹੀ ਹੀ ਨਹੀਂ ਜਾ ਸਕਦੀ ਸਾਡੇ ਖਿਆਲ ਦੇਸ਼ ਕਾਲ ਵਾਲੇ ਹਨ ਸਾਡਾ ਦੇਸ਼ ਯਾਨੀ ਵਿਤ ਭੀ ਤਰੇ ਪਹਿਲਾਂ ਵਾਲਾ ਹੈ ਅਸੀਂ ਸਮਝ ਹੀ ਨਹੀਂ ਸਕਦੇ ਇਸ ਕਰਕੇ ਸਾਡੀ ਸਮਝ ਅਨਸਾਰ ਐਵੇਂ ਹੋਇਆ ਕਿ ਸਤਗੁਰੂ ਜੋਤ ਨੇ ਸਾਰੇ ਬ੍ਰਹਮਣ ਦਾ ਪ੍ਰਬੰਧ ਕੀਤਾ ਤੇ ਪਰਮਾਨ ਆਤਮ ਅਰੂੜ ਬੰਦਿਆਂ ਨੂੰ ਅਰਸ਼ਾਂ ਵਿੱਚ ਅਰਸ਼ੀ ਕਮਾਂ ਵਿੱਚ ਸਾਰੀ ਸ੍ਰਿਸ਼ਟੀ ਨੂੰ ਤਾਰਨ ਦੇ ਕਮਾਂ ਵਿੱਚ ਲਾਇਆ ਹੁਣ ਸਾਰੇ ਬ੍ਰਹਿਮੰਡ ਦੇ ਪ੍ਰਬੰਧਕ ਅਰਸ਼ੀ ਪ੍ਰੀਤਮ ਜੀ ਹਨ ਪਿਛਲੇ ਔਤਾਰ ਨਬੀ ਆਦੀਨ ਅਦੀ ਵਿਉਂਤ ਵਿੱਚ ਲੱਗੇ ਸਾਰੇ ਕੰਮ ਕਰਦੇ ਹਨ ਇਸ ਦਾ ਇਹ ਮਤਲਬ ਨਹੀਂ ਕਿ ਪਹਿਲਾਂ ਬ੍ਰਹਿਮੰਡ ਦਾ ਪ੍ਰਬੰਧ ਕੋਈ ਨਹੀਂ ਸੀ ਪਹਿਲਾਂ ਵੀ ਸੀ ਤੇ ਹੁਣ ਵੀ ਹੋਇਆ ਜੋ ਸੀ ਜੋ ਹੋਇਆ ਉਹ ਕਥਨੀਏ ਹੈ ਇਹ ਵਰਣਨ ਸਾਡੀ ਦੇਸ਼ਕਾਲ ਦੀ ਬੋਲੀ ਤੇ ਦੇਸ਼ਕਾਲ ਵਾਲੇ ਮੰਦਾ ਆਪਣੇ ਤਰੀਕੇ ਦਾ ਹੈ ਸਤਿਗੁਰ ਦੇ ਦਰ ਤੇ ਜੋ ਕੁਝ ਅਸਲ ਵਿੱਚ ਵਰਤਦਾ ਹੈ ਅਕਥਨੀਏ ਹੈ ਤੇ ਸਮਝੋਂ ਪਰੇ ਹੈ ਇਸ ਦਾ ਅਰਥ ਕੇਵਲ ਇਹ ਹੈ ਕਿ ਸਾਡਾ ਸਤਿਗੁਰ ਜਿਉਂ ਦਾ ਜਾਗ ਦਾ ਸਿਰ ਉਪਰ ਠੰਡਾ ਗੁਰ ਸੂਰਾ ਹੈ ਤੇ ਇਸ ਕਰਕੇ ਜੋ ਉਸ ਦੀ ਚਰਨ ਸ਼ਰਨ ਹੈ ਨਾਨਕ ਤਾਂ ਕੇ ਕਾਰਜ ਪੂਰਾ ਹੈ ਇੰਨੇ ਨੂੰ ਇੱਕ ਹੁਜਕਾ ਆਇਆ ਦੀ ਕੰਪੂਚਾਲ ਆਉਂਦਾ ਹੈ ਐਉਂ ਜਾਪੇ ਜਿਵੇਂ ਡਿਗਣ ਲੱਗੇ ਹਾਂ ਫਿਰ ਹਨੇਰੀ ਛੁੱਟੀ ਤੇ ਅੰਧਕਾਰ ਛਾ ਗਿਆ ਅੱਖ ਖੁੱਲ ਗਈ ਸਤਗੁਰ ਦੇ ਪਿਆਰੇ ਸੰਤੋਖ ਸਿੰਘ ਜੀ ਤਾਬਿਆ ਬੈਠੇ ਹਨ ਸੰਗਤ ਅਚਰਜ ਵਿਸਮੇ ਭਾਵ ਵਿੱਚ ਅੱਖਾਂ ਪਟਪਟ ਤੱਕ ਰਹੀ ਹੈ ਸੰਤੋਖ ਸਿੰਘ ਜੀ ਨੇ ਹੱਥ ਅਰਸ਼ਾਂ ਵੱਲ ਉਠਾਇਆ ਸੀ ਹੁਣ ਧਰਤੀ ਵੱਲ ਲਟਕ ਰਿਹਾ ਹੈ ਚਿਹਰਾ ਹੁਣ ਮੁਸਕਰਾ ਰਿਹਾ ਹੈ ਤੇ ਗੱਜ ਕੇ ਬੋਲ ਰਹੇ ਹਨ ਕਿਉਂ ਵੀਰੋ ਕਲਗੀਆਂ ਵਾਲਾ ਜੀਉਂਦਾ ਹੈ ਕਿ ਨਹੀਂ ਤਾਂ ਸਾਰੇ ਦਲਾਂ ਵਿੱਚੋਂ ਆਵਾਜ਼ ਆਈ ਸਿੰਘ ਕੱਚਾ ਬੋਲ ਨਾ ਬੋਲ ਮਿਰਦਲ ਸੁਭਾਵ ਸੰਤੋਖ ਨੇ ਹੱਸ ਕੇ ਕਿਹਾ ਸਤਿਗੁਰ ਜਾਗਤਾ ਹੈ ਜਨਮ ਮਰਨ ਦੋਹੂ ਮੈਂ ਨਹੀਂ ਜਨ ਪਰ ਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰ ਸਿਉ ਲੈਣ ਮਿਲਾਏ ਅੱਛਾ ਹੁਣ ਸਾਡੇ ਅੱਗੇ ਕੇਵਲ ਇਹ ਵਿਚਾਰ ਹੈ ਕਿ ਸਤਿਗੁਰ ਜੀ ਕੋ ਦਿਸਦਾ ਹੈ ਸਾਡੇ ਵਿੱਚ ਸੀ ਫਿਕੂ ਅੰਦਿਸਤਾ ਸਾਡੇ ਵਿੱਚ ਸਤਿਗੁਰ ਨੇ ਜੋ ਕੌਤਕ ਵਰਤਾਏ ਹਨ ਸੱਚੇ ਹਨ ਸਾਨੂੰ ਸਿੱਧਕ ਦੇਣ ਵਾਸਤੇ ਹਨ ਕਿ ਰੂਪ ਧਾਰਨਾ ਰੂਪ ਹੋਣਾ ਚੋਲਾ ਛੱਡਣਾ ਚੋਲਾ ਲੈਣਾ ਮਨੁੱਖ ਹੋ ਕੇ ਵਿਚਰਨਾ ਯਾ ਦਿਵ ਹੋ ਕੇ ਵਿਚਰਨਾ ਯਾ ਸਰੂਪ ਵਿੱਚ ਲੀਨ ਹੋਣਾ ਇਹ ਸਤਿਗੁਰ ਦੇ ਆਪਣੇ ਚੋਜ ਹਨ ਸਤਿਗੁਰ ਹਰ ਹਾਲ ਜੀਉਂਦਾ ਹੈ ਔਰ ਅਸੀਂ ਕਦੇ ਰੰਡੀ ਤੀਮੀ ਵਾਂਗੂ ਨਿਗਰੇ ਯਾ ਗੁਰੂਹੀਨ ਨਿਖਸਵੇਂ ਨਹੀਂ ਹਾਂ ਜੇ ਸਤਗੁਰ ਦਿਸਦਾ ਸੀ ਤਦ ਵੀ ਉਸ ਨਾਲ ਸਾਡੇ ਸਿੱਖੀ ਨਾਤੇ ਦਾ ਸੰਬੰਧ ਸਾਡੇ ਰਿਧੇ ਦੇ ਸਿੱਧਕ ਵਿੱਚ ਸੀ ਤੇ ਹੁਣ ਵੀ ਰਿਧੇ ਦੇ ਸਿੱਧਕ ਵਿੱਚ ਨਾਤਾ ਹੈ ਪਿਆਰਿਓ ਜੇ ਇੱਕ ਦਰਿਆ ਵਗਦਾ ਹੋਵੇ ਦਰਿਆ ਦੇ ਦੋਹੀ ਪਾਸੇ ਵਸੋਂ ਹੋਵੇ ਦੋਹਾਂ ਪਾਸਿਆਂ ਦਾ ਰਾਜਾ ਇੱਕੋ ਹੋਵੇ ਤੇ ਰਾਜਾ ਐਸਾ ਤਾਰੂ ਹੋਵੇ ਕਿ ਦੋਹੀ ਪਾਸੇ ਆ ਜਾ ਸਕਦਾ ਹੋਵੇ ਤਾਂ ਜਦ ਉਹ ਪਾਰ ਹੋਊ ਕਿ ਤੁਸੀਂ ਉਸ ਨੂੰ ਬੀਤ ਗਿਆ ਸਮਝ ਬੈਠੋਗੇ ਤੇਮੇਂ ਹੀ ਸਮਝ ਲਓ ਕਿ ਰੂਪ ਅਰੂਪ ਦੋ ਕਿਨਾਰੇ ਇਸ ਸਮੇਂ ਦੀ ਨਦੀ ਦੇ ਹਨ ਸਤਿਗੁਰ ਦੋਹਾਂ ਦਾ ਮਾਲਕ ਹੈ ਸਮੇ ਰੂਪੀ ਨਦੀ ਦਾ ਵੀ ਮਾਲਕ ਹੈ ਕਾਲ ਪਰ ਬਿਜੈਮਾਨ ਹੈ ਉਹਦਾ ਨਦੀ ਦੇ ਇਧਰ ਹੋਣਾ ਜਾਂ ਉਧਰ ਹੋਣਾ ਪਰ ਜਲੇ ਸਦਾ ਸਿਦਕ ਦਾ ਥਾਂ ਹੈ ਸਦਾ ਉਸ ਦੀ ਜਾਗਦੀ ਜੋਤ ਦਾ ਨਿਚਾ ਹੈ ਫਿਰ ਜਦ ਸਾਡਾ ਮਾਲਕ ਜੀਂਦਾ ਹੈ ਤਦ ਸਾਡੇ ਲਈ ਗੁਰਪੁਰਪ ਸਦਾ ਦਸਹਿਰਾ ਹੈ ਸਾਡੇ ਪੰਥ ਵਿੱਚ ਸਤਗੁਰ ਦੇ ਅਵਤਾਰ ਤੇ ਜੋਤੀ ਜੋਤ ਦੇ ਦਿਨ ਪੂਰਬ ਦੇ ਦਿਨ ਹੋ ਤੋ ਸਾਂ ਡਿੱਠਾ ਹੈ ਕਿ ਅਰਸ਼ਾਂ ਪਰ ਸਤਗੁਰ ਦੇ ਜਨ ਪਰ ਖੁਸ਼ੀਆਂ ਤੇ ਪੂਰਬ ਮਨਾਏ ਗਏ ਹਨ ਜਿਸ ਨੂੰ ਅਸਾਂ ਚਲਾਣਾ ਟਰ ਜਾਣਾ ਸਮਝਿਆ ਸੀ ਅਰਸ਼ਾਂ ਤੇ ਉਹ ਆਗਮਨ ਤੇ ਮੰਗਲ ਸੀ ਫਿਰ ਅਸੀਂ ਕਿਉਂ ਵਿਜੋਗ ਕਰੀਏ ਅਸੀਂ ਸਦਾ ਸੰਜੋਗੀ ਹਾਂ ਸਾਡਾ ਮਾਲਕ ਸਦਾ ਜੀਉਂਦਾ ਹੈ ਜੀਉਂਦਾ ਨਹੀਂ ਸਦਾ ਜੀਉਂਦਾ ਹੈ ਕੀ ਹੁੰਦਾ ਹੀ ਨਹੀਂ ਅਸਾਂ ਵਿੱਚ ਵਸਦਾ ਹੈ ਔਰ ਅਸਾਂ ਦੇ ਨਾਲ ਹੈ ਸਾਡਾ ਤੇ ਉਸ ਦਾ ਸਾਥ ਥਿਰ ਸਾਥ ਹੈ ਜਦ ਤੱਕ ਸਾਥ ਕਾਇਮ ਹੈ ਸਤਗੁਰ ਦਾ ਮੇਲ ਪ੍ਰਾਪਤ ਹੈ ਸੋ ਦੂਜਾ ਗੁਰਮਤਾ ਇਹ ਸੋਦੋ ਕਿ ਅਜ ਸਤਗੁਰ ਜੀ ਦਾ ਅਰਸ਼ੀ ਜਨਮ ਹੈ ਸਤਗੁਰ ਗਿਆ ਨਹੀਂ ਆਇਆ ਹੈ ਸਾਰੇ ਬ੍ਰਹਮਣ ਦਾ ਸਤਗੁਰ ਹੋ ਕੇ ਫਿਰ ਆਇਆ ਹੈ ਤੀਜਾ ਗੁਰਮਤਾ ਇਹ ਸੋਦ ਕੇ ਤੀਜਾ ਗੁਰਮਤਾ ਇਹ ਸੁਦੇ ਕਿ ਇਹ ਵਿਥਿਆ ਸਾਰੇ ਪੰਥ ਵਿੱਚ ਤੇ ਅੱਗੇ ਹਰ ਸਿੱਖ ਕੁਲਦਰ ਕੁਲ ਆਪਣੀ ਔਲਾਦ ਵਿੱਚ ਸੁਣਾਵੇ ਤੇ ਪੀੜੀ ਦਰ ਪੀੜੀ ਸਿੱਖ ਘਰਾਂ ਵਿੱਚ ਸਿੱਖ ਦਿਲਾਂ ਵਿੱਚ ਸਤਿਗੁਰ ਵਿੱਚ ਸਿੱਧਕ ਦਾ ਨਾਤਾ ਟੋਰੇ ਹਰ ਸਿੱਖ ਸਤਿਗੁਰੂ ਨੂੰ ਆਪਣੇ ਅੰਗ ਸੰਗ ਜਾਣੇ ਉਹਨਾਂ ਦੀ ਸਿੱਖਿਆ ਪਰ ਟੁਰਦਾ ਉਹਨਾਂ ਦੀ ਜੋਤ ਨਾਲ ਪਿਆਰ ਕਰੇ ਤੇ ਆਪਣੇ ਸਿਰ ਤੇ ਉਹਨਾਂ ਦੇ ਹੋਣ ਦਾ ਭਰੋਸਾ ਰੱਖ ਕੇ ਹਰ ਕੰਮ ਉਹਨਾਂ ਦੀ ਚਰਨੀ ਭੇਟ ਕਰੇ ਹਰ ਸਿੱਖ ਨੇਕੀ ਦੀ ਖਾਤਰ ਨੇਕੀ ਕਰਕੇ ਹਉ ਨਾ ਪਾਲੇ ਨੇਕੀ ਸਤਗੁਰ ਦੇ ਚਰਨੀ ਅਰਪੇ ਕਿ ਮੈਂ ਆਪਣੇ ਮਾਲਕ ਦੀ ਸੇਵਾ ਕਰਦਾ ਹਾਂ ਕਿ ਮੈਂ ਆਪਣੇ ਪਿਤਾ ਦੀ ਸੇਵਾ ਕਰਦਾ ਹਾਂ ਕਿ ਮੈਂ ਆਪਣੇ ਗੁਰੂ ਦੀ ਸੇਵਾ ਕਰਦਾ ਹਾਂ ਕਿ ਮੈਂ ਕੋਈ ਨੇਕੀ ਨਹੀਂ ਕਰ ਰਿਹਾ ਕੇਵਲ ਹੁਕਮ ਕਮਾ ਰਿਹਾ ਚੌਥਾ ਇਹ ਕਿ ਅੰਧਕਾਰ ਵਿੱਚ ਟਟੋਲਣ ਵਾਲੇ ਫੋਕੇ ਫਲਸਫਾ ਛਾਂਟਣ ਹਾਰੇ ਦੇ ਵਿਕਲਪ ਜਿਨ੍ਹਾਂ ਦੀ ਸੁਰਤ ਲਿਬ ਦੇ ਦਰਜੇ ਤੇ ਨਹੀਂ ਜਾਂਦੀ ਅਤੇ ਨੇਰੇ ਮਨੁੱਖਾ ਨਾੜ ਦੀਆਂ ਤਰੀਕਾਂ ਲਿਖਣ ਵਾਲੇ ਯਾਦਗੀਰੀ ਲਈ ਲਕੀਰਾਂ ਪਾਉਣ ਵਾਲੇ ਇਤਿਹਾਸਕਾਰ ਦੀ ਫੋਕੀ ਨੁਕਤਾਚੀਨੀ ਸਿੱਖੀ ਦੇ ਸਦਕ ਮੰਡਲ ਵਿੱਚ ਔਰ ਆਜ ਸਾਇਦੇ ਦਾਇਰੇ ਵਿੱਚ ਮੁੱਲ ਨਹੀਂ ਰੱਖਦੀ ਹਰ ਸਿੱਖ ਦਾ ਵਿਸ਼ਵਾਸ ਇਹ ਹੋਵੇ ਕਿ ਮੇਰੇ ਸਤਿਗੁਰੂ ਜੀ ਜਨਮ ਮਰਨ ਵਿੱਚ ਨਹੀਂ ਹਨ ਉਹਨਾਂ ਦੀ ਜੋਤ ਸਦਾ ਜਾਗਦੀ ਜੋਤ ਹੈ ਅਜ਼ਲਾਂ ਤੋਂ ਅਰਸ਼ਾਂ ਵਿੱਚ ਕੰਮ ਕਰਦੀ ਹੈ ਔਰ ਸਦਾ ਕੰਮ ਕਰੇਗੀ ਗੁਪਤ ਹੋਣਾ ਜਾਂ ਪ੍ਰਗਟ ਹੋਣਾ ਉਹਨਾਂ ਦੇ ਚੋਜ ਹਨ ਹਾਂ ਉਹਨਾਂ ਦੇ ਮਨੁੱਖਾ ਨਾੜ ਦੇ ਦਿਨ ਵਾਰ ਥਿਤਾਂ ਮਾ ਇੱਕ ਸਮੇਂ ਵਿੱਚ ਤੋਂ ਲਾਉਣ ਵਾਲੇ ਲਈ ਯਾਦਸ਼ਤਾਂ ਜ਼ਰੂਰੀ ਹਨ ਰੱਖੋ ਤੇ ਸਾਹਮੋ ਪਰ ਆਤਮ ਦ੍ਰਿਸ਼ਟੀ ਵਿੱਚ ਉਹ ਉਹਨਾਂ ਦੀ ਅਜ਼ਲੀ ਜੋਤ ਦੇ ਵਜੂਦ ਦੇ ਜਨਮ ਚਲਾਉਣ ਦੇ ਥਿਤ ਤੇ ਵਾਰ ਨਹੀਂ ਹਨ ਕਿਉਂਕਿ ਅਜ਼ਲ ਵਿੱਚ ਸਤਗੁਰ ਜਨਮ ਮਰਨ ਰਹਿਤ ਸਾਡੇ ਸਿੱਧਗਦੀ ਨਹੀਂ ਸਤਗੁਰੂ ਦੇ ਪ੍ਰੇਮ ਵਿੱਚ ਸਤਗੁਰੂ ਦੇ ਸਰੂਪ ਗੁਰੂ ਗ੍ਰੰਥ ਸਾਹਿਬ ਵਿੱਚ ਸਤਿਗੁਰੂ ਦੀ ਦੇਹ ਦਰਬਾਰ ਸਾਹਿਬ ਵਿੱਚ ਤੇ ਸਤਿਗੁਰੂ ਦੀ ਵਿਦਿਤ ਰੂਪੰਦ ਖਾਲਸੇ ਵਿੱਚ ਨਾਮ ਰਸੀਏ ਨਾਮ ਪ੍ਰੇਮੀ ਗੁਰਮੁਖਾਂ ਦੇ ਸਤਸੰਗ ਸ਼ਰਧਾ ਤੇ ਪਿਆਰ ਵਿੱਚ ਹੈ ਜਿਨ੍ਹਾਂ ਵਿੱਚ ਸਤਿਗੁਰੂ ਦੀ ਜੋਤ ਵਿਆਪਕ ਹੈ ਸਿੱਖਾਂ ਦੇ ਕੰਮ ਸਾਰਨ ਲਈ ਸਤਗੁਰ ਦਾ ਕਾਲੀ ਬੇੜਾ ਅਰਸ਼ਾਂ ਦੇ ਕਾਰਜ ਸਾਰ ਰਿਹਾ ਤੁਸੀਂ ਅੱਜ ਵਰਤਖ ਡਿਠਾ ਹੈ ਤੇ ਹਰ ਔਕੜ ਸਮੇ ਸਿਦਕ ਵਾਲੇ ਨਾਮ ਵਾਲੇ ਧਿਆਨ ਵਾਲੇ ਸਿੱਖ ਸਦਾ ਅਰਦਾਸ ਕਰਿਆ ਕਰਨਗੇ ਕਿ ਗੁਰੂ ਸਭ ਥਾਂ ਹੀ ਹੋਏ ਸਹਾਇ ਹੈ ਹਾਂ ਅੱਜ ਦਾ ਜੁੜਿਆ ਪੰਥ ਆਪਣੀਆਂ ਆਉਣ ਵਾਲੀਆਂ ਪੀੜੀਆਂ ਨੂੰ ਅਸੀਸ ਦਿੰਦਾ ਹੈ ਕਿ ਨਾਮ ਰੰਗ ਤੇ ਸਿਦਕ சுரੰਗ ਵਿੱਚ ਵਸ ਕੇ ਗੁਰੂ ਸਦਾ ਅੰਗ ਸੰਗ ਪਾਓਗੇ ਗੁਰੂ ਤੂੰ ਸਾਡਾ ਤੁਸੀਂ ਗੁਰੂ ਦੇ ਹੋਵੋਗੇ ਸਮਾ ਨਿਰਬਲ ਹੈ ਕਿ ਵਿਤ ਪਾ ਸਕੇ ਜਿ ਕੋ ਡੇਠਾ ਸਤਗੁਰ ਸਾਡਾ ਸੀ ਜਿ ਕੋ ਅਜ ਅਣਦਿਸਦਾ ਸਤਗੁਰ ਸਾਡਾ ਹੈ ਤਿੱਕੋ ਅਣ ਡੇਠਾ ਸਤਗੁਰ ਤੋਂ ਸਾਡਾ ਹੋਵੇਗਾ ਤੁਸੀਂ ਗੁਰੂ ਦੇ ਗੁਰੂ ਤੋਂ ਸਾਡਾ ਪਰਨਾਮ ਤੇ ਸਿੱਧਕ ਵਿੱਚ ਵਸਣਾ ਨਾਮ ਰਸ ਵਿੱਚ ਆਏ ਤੁਸੀਂ ਬ੍ਰਹਮਣ ਦੀ ਪ੍ਰੀਤ ਤਾਰ ਵਿੱਚ ਪਰੋਤੇ ਜਾਂਦੇ ਹੋ ਨਾਮ ਤੋਂ ਵਿਸਾਰਾ ਕਦੇ ਨਹੀਂ ਕਰਨਾ ਤੇ ਨਾਮ ਰਸੀਏ ਦੇ ਸਤਸੰਗ ਨੂੰ ਮੁਖ ਪਰਮ ਸਮਝਣਾ ਗੁਰਮੁਖਿਆ ਸੰਤ ਹਰੀ ਜਨ ਯਾ ਜਨ ਸਾਧੂ ਯਾ ਭਗਤ ਪ੍ਰੀਤਾਰ ਪਰੋਤਾ ਨਾਮ ਰਸਿਆ ਆਪ ਜਪਦਾ ਹੈ ਤੇ ਜਗਤ ਨੂੰ ਜਪਾਉਣ ਦਾ ਸਹਾਇਕ ਹੈ ਇਹ ਸਤਸੰਗ ਸੁਖਦਾਈ ਹੈ ਫ਼ਲਸਫਾ ਸਾਡੇ ਵਿੱਚ ਭਗਤੀ ਯਾਨੀ ਪ੍ਰਾਪਤੀ ਦੇ ਤਾਬਿਆ ਹੋਵੇਗਾ ਔਰ ਇਤਿਹਾਸ ਵੱਡਿਆਂ ਦੇ ਮਨੁੱਖੀ ਪ੍ਰਸੰਗ ਦੱਸਣ ਵਿੱਚ ਗੁਰਬਾਣੀ ਦੇ ਕੀਰਤਨ ਦੇ ਤਾਬਿਆ ਰੱਖਿਆ ਜਾਵੇਗਾ ਗਿਆਨ ਤੇ ਇਤਿਹਾਸ ਅਸਾਂ ਵਾਹਿਗੁਰੂ ਪ੍ਰੇਮ ਦੇ ਸਹਾਇਕ ਰੱਖਣੇ ਹਨ ਇਹਨਾਂ ਨੂੰ ਛੱਡਣਾ ਨਹੀਂ ਇਨਾ ਤੇ ਵਾਹਿਗੁਰੂ ਪ੍ਰੇਮ ਹਾਵੀ ਰਹੇਗਾ ਇਹ ਵਾਹਿਗੁਰੂ ਤੇ ਹਾਵੀ ਹੋ ਕੇ ਸਾਨੂੰ ਨਿਸ਼ਪ੍ਰੇਮ ਨਾ ਕਰਨ ਪੰਜਵਾਂ ਗੁਰਮਤਾ ਏਸੀ ਕੇ ਪੰਥ ਸਤਗੁਰਾਂ ਦੇ ਅਵਤਾਰ ਤੇ ਜੋਤੀ ਜੋਤ ਦੇ ਗੁਰਪੁਰਬ ਇੱਕ ਤਰੀਕੇ ਇੱਕੋ ਮੰਗਲ ਨਾਲ ਮਨਾਵੇ ਸਤਗੁਰ ਦਾ ਪ੍ਰਕਾਸ਼ ਤੇ ਅੰਤਰ ਧਿਆਨ ਸਾਡੇ ਲਈ ਦੋਵੇਂ ਪ੍ਰੀਤਮ ਪਿਆਰੇ ਦੀਆਂ ਯਾਦਗਾਰਾਂ ਆਨੰਦ ਦੀਆਂ ਨਿਸ਼ਾਨੀਆਂ ਉਛਾ ਤੇ ਉਮਾ ਭਰੀਆਂ ਚੜ੍ਹਦੀਆਂ ਕਲਾਂ ਦੀਆਂ ਦਾਤੀਆਂ ਹਨ ਇਨ੍ਹਾਂ ਵਾਕਾਂ ਪਰ ਜੈਕਾਰੇ ਗਜੇ ਸੁਹਾਗਣ ਸਦਾ ਸੁਹਾਗਣ ਪੰਥ ਵਿੱਚੋਂ ਸ਼ੋਕ ਭਜ ਗਿਆ ਸ਼ਾਦੀਆਂ ਨੇ ਵਜੇ ਜੋ ਸ਼ਾਦੀਆਂ ਨੇ ਪਟਨੇ ਵਿੱਚ 42 ਕੋ ਵਰੇ ਹੋਏ ਵਜੇ ਸਨ ਜੋ ਸ਼ਾਦੀਆਂ ਨੇ ਅਰਸ਼ਾਂ ਵਿੱਚ ਵਜਦੇ ਸੁਣੇ ਸਨ ਸੋ ਸ਼ਾਦੀਆਂ ਨੇ ਅਜ ਅਬਚਲਾ ਨਗਰ ਵਜੇ ਕੜਾ ਪ੍ਰਸ਼ਾਦੀਆਂ ਦੇਗਾਂ ਤਿਆਰ ਹੋਈਆਂ ਸੰਤੋਖ ਸਿੰਘ ਗੁਰੂ ਪਿਆਰਾ ਸੰਤੋਖ ਸਿੰਘ ਸਾਨੂੰ ਵਰਦਾਨ ਦਿਵਾਉਣ ਵਾਲਾ ਸੰਤੋਖ ਸਿੰਘ ਸਤਗੁਰ ਦੇ ਹੁਕਮ ਮੁਜਬ ਅਬਚਲਾ ਨਗਰ ਵਿੱਚ ਪਹਿਲਾ ਲੰਗਰ ਚਲਾਉਣ ਵਾਲਾ ਸਿੰਘ ਹੋਇਆ ਇਹ ਸੱਜਣ ਗੁਰੂ ਨਹੀਂ ਪਰ ਪੰਥ ਦਾ ਪਹਿਲਾ ਜਥੇਦਾਰ ਹੋਇਆ ਜੋ ਉਸੇ ਪੰਥ ਨੇ ਥਾਪਿਆ ਇਸ ਦਾ ਸਨਮਾਨ ਅਤ ਦਾ ਸੀ ਇਹ ਅੰਮ੍ਰਿਤ ਛਕਾਉਂਦਾ ਨਾਮ ਸਿਮਰਨ ਦਾ ਸਹਾਈ ਹੁੰਦਾ ਸਤਸੰਗ ਦਾ ਰੰਗ ਲਾਉਂਦਾ ਸੀ ਇਸ ਨੂੰ ਗੁਰਮੁਖ ਤੇ ਮਹਾਪੁਰਖ ਤੇ ਸੰ ਸਮਝਿਆ ਜਾਂਦਾ ਸੀ ਪਰ ਇਹ ਰਿਹਾ ਗੁਰੂ ਦਾ ਸਿੱਖ ਤੇ ਅਬਚਲ ਨਗਰ ਵਿੱਚ ਪਹਿਲਾ ਜਥੇਦਾਰ ਲੰਗਰ ਦਾ ਆਰੰਭ ਆਪ ਨੇ ਪਹਿਲੀ ਇਸ ਖੁਸ਼ੀ ਵਿੱਚ ਕੜਾ ਪ੍ਰਸ਼ਾਦ ਦੀ ਦੇਗ ਚੜਾ ਕੇ ਕੀਤਾ ਕਿ ਸਤਿਗੁਰ ਸਾਡਾ ਸਤਿਗੁਰ ਹੈ ਔਰ ਸ਼ਾਂਕੁਰ ਸ਼ਾਂ ਮਕਾਨੀਆਂ ਅਲਾ ਮਕਾਨੀਆਂ ਦੇਸ਼ ਆਦੇਸ਼ ਕਾਲ ਸਭ ਦਾ ਸਦਾ ਗੁਰੂ ਹੈ ਸਤਿਗੁਰ ਜਾਪਤਾ ਹੈ ਦਿਓ ਔਰ ਜੀ ਨੂੰ 1723 ਤੋਂ 1765 ਤੱਕ ਪੰਥ ਨੂੰ ਪਿਆਰ ਕਰਨ ਵਾਲਾ ਗਰੀਬ ਨਿਵਾਜਣ ਵਾਲਾ ਆਪਾਵਾਰ ਕੇ ਤਾਰਨ ਵਾਲਾ ਵਾਹਿਗੁਰੂ ਦਰਸਾਉਣ ਵਾਲਾ ਲੜ ਲਾਉਣ ਵਾਲਾ ਤੇ ਤੋੜ ਪਹੁੰਚਾਉਣ ਵਾਲਾ ਸਤਿਗੁਰੂ ਸੀ ਇਸੇ ਤਰ੍ਹਾਂ ਹੀ ਹੁਣ ਵੀ ਸਾਡਾ ਸਤਿਗੁਰ ਹੈ ਸਦਾ ਸੀ ਸਦਾ ਹੈ ਸਦਾ ਸਤਿਗੁਰ ਹੋਵੇਗਾ ਸਦਾ ਜਹ ਜਹ ਕਾਜ ਕਰਤ ਸੇਵਕੀ ਤਹਾਂ ਤਹਾਂ ਉੱਠਤਾ ਵੇ ਸੇਵਕ ਕੋ ਨਿਕਟੀ ਹੋਏ ਦਿਖਾ ਆਪਣੇ ਦਾਸ ਕੋ ਦੇਵਡਾਈ ਆਪਣੇ ਸੇਵਕ ਕੋ ਨਾਮ ਜਪਾਈ ਆਪਣੇ ਜਨ ਕਾ ਪਰਦਾ ਢਾਕੇ ਆਪਣੇ ਸੇਵਕ ਕੀ ਸਰ ਪਰ ਰੱਖ ਅਸੀਂ ਸਦਾ ਏਹੂੰ ਸਿੱਧਕ ਤਾਰਾਂਗੇ ਤੇ ਸਿਮਰਾਂਗੇ ਗੁਰ ਮੇਰੇ ਸੰਗ ਸਦਾ ਹੈ ਨਾਲੇ ਸਿਮਰ ਸਿਮਰ ਤੇ ਸਦਾ ਸਮਾਲੇ ਹੁਣ ਇਹ ਅਪਚਲਾ ਨਗਰ ਦਾ ਝਾਕਾ ਲੋਪ ਹੋ ਗਿਆ ਪਰ ਸੋਝੀ ਦੇ ਗਿਆ ਕਿ ਜਨਮ ਮਰਨ ਗੁਰੂ ਲਈ ਕੋਈ ਸ਼ੈ ਨਹੀਂ ਜਿ ਕੋ ਸੂਰਜ ਨੂੰ ਸਵੇਰ ਸੰਜ ਕੋਈ ਸ਼ੈ ਨਹੀਂ ਉਹਦਾ ਅਸਤ ਕੋਈ ਸ਼ੈ ਨਹੀਂ ਉਹ ਸਦਾ ਇੱਕ ਰਸ ਆਕਾਸ਼ਾਂ ਵਿੱਚ ਚਮਕਦਾ ਤੇ ਫਿਰ ਪ੍ਰithvi ਵਿੱਚ ਪ੍ਰਾਣੀ ਮਾਤਰ ਨਾਲ ਅੰਗ ਸੰਗ ਹੈ ਤੇਵੇਂ ਸਤਗੁਰ ਅਰਸ਼ਾਂ ਦਾ ਅਸਲੀ ਸੂਰਜ ਸਦਾ ਚਮਕਦਾ ਹੈ ਫਿਰ ਸਾਡੇ ਨਾਲ ਸਦਾ ਅੰਗ ਸੰਗ ਹੈ ਧੰਨ ਅਰਸ਼ੀ ਪ੍ਰੀਤਮ ਜੋ ਹਰ ਸਮੇਂ ਪ੍ਰਤਪਾਲ ਦਾ ਸ਼ਰਨ ਲਾਉਂਦਾ ਤੇ ਤਾਰਦਾ ਹੈ ਸਭ ਥਾਈ ਹੋਏ ਸਹਾਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ